ਜੀ ਤਮਾਮ ਸਭ ਸ਼ੌਕੀਨ ਭਰਾਵਾਂ ਨੂੰ ਸ਼ਮਰੇਜ਼ ਦੀ ਤਰਫੋਂ ਅਸਲਾਮ ਅਲੈਕਮ। ਜਨਾਬ ਭਾਈ ਚੌਧਰੀ ਨੁਸ਼ੇਰ ਹੈਦਰ ਗੁੱਜਰ ਸਾਹਿਬ, ਉਸਤਾਦ ਚੌਧਰੀ ਵਕਾਰ ਗੁੱਜਰ ਸਾਹਿਬ, ਜਨਾਬ ਬਾਏ ਨੇ ਬਾਬਲੀ ਸ਼ਰੀਫ ਮੇਰੇ ਕੋਲ, ਇਹ ਜਨਾਬ ਸਾਡੇ ਭਾਈ ਨੇ, ਅੱਗੋਂ ਵੀ ਭਾਈ ਸੀ ਪਹਿਲਾਂ ਵੀ ਭਾਈ ਨੇ। ਇਹਨੇ ਜਨਾਬ ਕਿਹਾ ਕਿ ਸਾਡਾ ਟੂਰਨਾਮੈਂਟ ਡਾਉਣਾ, ਮੈਂ ਕਿਹਾ ਜਨਾਬ ਤੁਹਾਡਾ ਟੂਰਨਾਮੈਂਟ ਵੀ ਡਾਂ ਦੇ ਅਤੇ ਇਨਸ਼ਾਅੱਲਾ ਤੁਹਾਡੇ ਨਾਲ ਸਾਡਾ ਤਾਅਦ ਹੈ, ਇਨਸ਼ਾਅੱਲਾ ਅਸੀਂ ਤੁਹਾਡਾ ਬਾਜ਼ੂ ਬਣ ਕੇ ਟੂਰਾਂ ਦੇ, ਜਿੱਥੇ ਮੇਰੀ ਛਾਤੀ ਤੁਹਾਨੂੰ ਜ਼ਰੂਰਤ ਹੋਵੇ 24 ਘੰਟੇ ਹਾਜ਼ਰ ਹੈ, ਜਿਸ ਨਾਲ ਦਿਲ ਹੈ ਬਾਜ਼ੂ ਲਾਓ। ਅਤੇ ਅੱਜ ਤੋਂ ਬਾਅਦ ਜਨਾਬ ਉਸਤਾਦ ਰਾਜਾ ਥਾਰ ਕਾਕਾ ਪਾਰਟੀ ਨੂੰ ਖੈਰਬਾਦ ਹੈ। ਉਹਨਾਂ ਨੂੰ ਜਨਾਬ ਇੱਕ ਹਫ਼ਤਾ ਪਹਿਲਾਂ ਹੀ ਮੈਂ ਉੱਥੋਂ ਸਰਾਂਝ ਤੋਂ 1.25 ਕਿਲੋ ਗੋਸ਼ਤ ਲੈ ਕੇ ਅਤੇ ਸਿਰ ਸਦਕਾ ਦੇ ਦਿੱਤਾ ਸੀ ਕਿ ਜਿਸ ਦਿਹਾੜੇ ਉਹਨਾਂ ਮੇਰੇ ਘਰ ਆ ਕੇ ਅਤੇ ਇਸ ਲੜਕੇ ਨੂੰ ਮਾਰੇ ਕੈਮਰਾ ਦਾ, ਇਹਨੂੰ ਕਿਹਾ ਕਿ ਇਹ ਨਵਾਂ ਉਸਤਾਦ ਰੱਖੇ, ਉਹਨਾਂ ਮੇਰੇ ਵਾਲਦ ਸਾਹਿਬ ਨਾਲ ਗੱਲ ਕੀਤੀ ਸੀ ਮੇਰੀ ਅਤੇ ਉਹਨਾਂ ਦੀ ਜੋ ਹੋਈ ਹੈ। ਅਗਰ ਕਿਸੇ ਦੋਸਤ ਭਰਾ ਨੂੰ ਉਸਤਾਦ ਨੂੰ ਜ਼ਰੂਰਤ ਹੋਵੇ ਗੱਲ ਪੁੱਛਣੀ ਦੀ, ਮੇਰਾ ਨੰਬਰ ਹਰ ਬੰਦੇ ਕੋਲ ਹੈ, ਮੈਨੂੰ ਕਾਲ ਕਰਕੇ ਪੁੱਛ ਸਕਦੇ ਨੇ ਵਜ੍ਹਾ ਕੀ ਬਣੀ ਹੈ। ਸਾਰੀ ਬਰਦਾਸ਼ਤ ਕਰਕੇ ਜਦੋਂ ਉਹਨਾਂ ਮੇਰੇ ਭਰਾ ਵਾਲਦ ਸਾਹਿਬ ਨੂੰ ਟੋਕ ਮਾਰੀ ਹੈ ਨਾ ਕਿ ਨਵਾਂ ਉਸਤਾਦ ਰੱਖੇ, ਉਸ ਵਕਤ ਮੈਂ ਆਪਣੇ ਦਿਲ 'ਚੋਂ ਸਾਰੀ ਉਹਨਾਂ ਦੀ ਉਸਤਾਦੀ ਸ਼ਾਗਿਰਦ ਦੀ ਤਲਕ ਖਤਮ ਕਰਕੇ ਅਤੇ ਜਨਾਬ ਇਹ ਬੰਦਾ ਵੇ ਉਸਤਾਦ ਕਲੀਮੁੱਲਾ ਨਾਂ ਇਹਨਾਂ ਦਾ, ਉਸਤਾਦ ਰਫੀਉੱਲਾ ਖਾਨ ਈਸਾ ਖੇਲ ਵਾਲੇ ਉਹਨਾਂ ਦੇ ਭਰਾ ਨੇ, ਇਹਨਾਂ ਦੀ ਨਿਗਰਾਨੀ 'ਚ ਜਨਾਬ ਅਸੀਂ ਕਬੂਤਰਬਾਜ਼ੀ ਕਰਨੀ ਹੈ ਅਤੇ ਉਡਾਣੇ ਨੇ ਇਹਨਾਂ ਨੇ। ਅਤੇ ਉਸਤਾਦ ਰਫੀਉੱਲਾ ਖਾਨ ਜਨਾਬ ਮੇਰੇ ਭਰਾ ਨੇ ਅਤੇ ਦੋਸਤ ਨੇ, ਇੱਕ ਕਾਲ ਕੀਤੀ ਇਹਦੇ ਨਾਲ ਪੈਰੀਂ ਜੁੱਤੀ ਵੀ ਨਹੀਂ ਪਾਈ, ਆਪਣਾ ਘਰ ਛੱਡ ਕੇ ਅਤੇ ਮੇਰੇ ਕੋਲ ਆ ਗਏ ਨੇ, ਅਤੇ ਮੈਂ ਜਨਾਬ ਇਹਨਾਂ ਦਾ ਬਹੁਤ ਵੱਡਾ ਸ਼ੁਕਰਗੁਜ਼ਾਰ ਹਾਂ। ਖਾਨ ਖਲਾਕ ਪਾਰਟੀ ਇਹਨਾਂ ਦੀ, ਅਗਰ ਕਿਸੇ ਬੰਦੇ ਨੇ ਪੁੱਛਣਾ ਹੋਵੇ ਇਹਨਾਂ ਦੇ ਬਾਰੇ ਤਾਂ ਉਸਤਾਦ ਰਫੀਉੱਲਾ ਖਾਨ ਈਸਾ ਖੇਲ, ਹਰ ਬੰਦਾ ਉਹਨਾਂ ਨੂੰ ਜਾਣਦਾ, ਇਹਨਾਂ ਨੂੰ ਵੀ ਜਾਣਦਾ। ਓਕੇ, ਅਸਲਾਮ ਅਲੈਕਮ। ਮੇਰੀ ਤਰਫੋਂ ਜੋ ਵਕਾਰ ਸਾਹਿਬ ਗੱਲ ਕਰੋ। ਸਲਾਮ ਅਲੈਕਮ ਜੀ ਸਭ ਭਾਈਆਂ ਨੂੰ, ਸਭ ਉਸਤਾਦਾਂ ਨੂੰ। ਪਹਿਲੀ ਤਾਂ ਗੱਲ ਹੈ ਚੋ ਸ਼ਮਰੇਜ਼ ਦੀ ਮਿਹਰਬਾਨੀ ਹੈ, ਠੀਕ ਹੈ, ਕਿ ਜਿਹੜਾ ਸਾਡੇ ਨਾਲ ਮਤਲਬ ਤਾਮਨ ਕਰ ਰਿਹਾ, ਸਾਡਾ ਟੂਰਨਾਮੈਂਟ ਕਾਰ ਵਾਲਾ ਉਡਾ ਰਿਹਾ। ਦੂਸਰੀ ਗੱਲ ਇਹ ਹੈ ਕਿ ਇਹ ਹੁਣ ਜਿਤਨੇ ਅਸੀਂ ਬੰਦੇ ਹਾਂ ਨਾ, ਇਹ ਰਾਜਾ ਸਾਹਿਬ ਦੀ ਪਾਰਟੀ ਨੂੰ ਸਾਰਿਆਂ ਛੱਡਿਆ, ਕੋਈ ਸ਼ੱਕ ਨਹੀਂ। ਹੁਣ ਦੱਸੋ, ਇਹ ਮਲਕ ਵਕਾਰ ਸਾਹਿਬ ਨੇ ਜਾਂ ਇਹ ਯਾਸਰ ਸਾਹਿਬ ਨੇ ਸਰਾਂ ਅਲਮਗੀਰ ਦੇ, ਜਾਂ ਚੋਰੀ ਨੂੰ ਸ਼ੇਰ ਗੁੱਜਰ ਸਾਹਿਬ ਜੇਲਮ ਦੇ, ਅਤੇ ਰਾਜਾ ਖਾਨੂ ਸਾਹਿਬ, ਅਤੇ ਬਾਕੀ ਵੀ ਮੈਂ ਬੰਦਿਆਂ ਨੂੰ ਆਉਣਾ ਜਿਹੜੇ ਸੀਨੀਅਰ ਨੇ, ਜਿਹੜੇ ਇੱਕ ਦਵਾਈ ਦੀ ਪੂੜੀ ਲੈਣ ਦਰਿਆ 'ਤੇ ਜਾਂਦੇ ਨੇ, ਉਹਨਾਂ ਨੂੰ ਅਜੇ ਵੀ ਮਤ ਹੈ, ਲੰਮਾ ਟੁਰਨ ਵਾਲੂ ਮਾਫ਼ੀ ਮੰਗ ਲਓ, ਅਤੇ ਨਾ ਹੀ ਇੱਥੋਂ ਕਿਸੇ ਨੂੰ ਫੈਜ਼ ਪਿਆ ਔਰ ਨਾ ਹੀ ਪੈਸੀ। ਜੇ ਸ਼ਮਰੇਜ਼ ਨੂੰ ਨਹੀਂ ਨਾ ਪਿਆ ਇਸ ਤਰ੍ਹਾਂ ਕੁਝ ਕਰਕੇ, ਤਾਂ ਸਾਡੀ ਪਾਰਟੀ ਤੋਂ ਸਭ ਤੋਂ ਜ਼ਿਆਦਾ ਬੰਦਾ ਬਾਜ਼ੀਆਂ ਲਾਉਂਦਾ ਆ। 235 ਘਰ ਬਾਜ਼ੀ ਲਾਈ ਹੈ, ਕਿਹਦੀ ਵਜ੍ਹਾ ਤੋਂ? ਜਨਾਬ ਰਾਜਾ ਸਾਹਿਬ ਦੇ ਕਹਿਣ 'ਤੇ ਬਾਜ਼ੀ ਲਾਈ ਹੈ, ਅਤੇ ਜਿਸੇ ਐਂਡ ਹੋਇਆ ਅਤੇ ਰਾਜਾ ਸਾਹਿਬ ਨੇ ਜਨਾਬ ਜਾਨ ਛਡਾ ਕੇ ਨੱਸੇ ਨੇ, ਅਤੇ ਅਸੀਂ ਵੀ 1.25 ਸਿਰ ਗੋਸ਼ਤ ਜਿਹੜਾ ਨਾ ਸਦਕਾ ਕੱਢਿਆ ਕਿ ਜਾਨ ਛੁੱਟੀ। ਅਜੇ ਵੀ ਜਿਤਨੇ ਪਾਰਟੀ ਉਸ 'ਚ ਆਇਆ ਹੋ ਨਾ, ਉਹ ਹੋਸ਼ 'ਚ ਆ ਜਾਓ, ਸਾਲ ਬਾਅਦ 2 ਸਾਲ ਬਾਅਦ ਆਉਣੇ ਨਾ, ਤਾਂ ਹੁਣ ਹੀ ਹੋਸ਼ 'ਚ ਆ ਜਾਓ, ਅਤੇ ਜੋ ਕੁਝ ਉਸ ਪਾਰਟੀ 'ਚ ਦਾਣਾ ਪਾਣੀ ਆਇਆ ਸਾਡੇ 'ਤੇ ਕਿਹੜਾ ਭੁੱਲਿਆ, ਸਾਡਾ ਜਿਹੜਾ ਵਕਤ ਗੁਜ਼ਰਿਆ ਅੱਛਾ ਗੁਜ਼ਰਿਆ, ਨਾ ਅਸੀਂ ਉਹਨਾਂ ਦੀ ਬਰਿਆਈ ਕਰਨੀ ਹੈ। ਓਕੇ ਜੀ, ਸਭ ਨੂੰ ਸਲਾਮ ਅਲੈਕਮ, ਮਿਹਰਬਾਨੀ।